ਨਵੇਂ ਕੱਪੜੇ ਪਾ ਤੇ ਇਹੋ ਪ੍ਰੋਟੋਕੋਲ ਹੁੰਦੇ ਬੰਦੇ ਦਾ। ਅਸਲਾਮ ਅਲੈਕੁਮ, ਕਿਆ ਹਾਲ ਹੈ ਗਾਇਜ਼? ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ। ਸੋ ਮੈਂ ਵੀ ਅਲਹਮਦੁਲਿਲਾ ਠੀਕ ਹਾਂ। ਅਤੇ ਅੱਜ ਵੀਵਰਸ, ਅੱਜ ਜੇ ਹੈ ਨਾ, ਅੱਜ ਦਾ ਵਲੋਗ ਜਿਹੜਾ ਨਾ ਮੈਂ ਸਰੈਕੀਜ ਕਰੇ ਸਾਂ, ਕਿਉਂਕਿ ਮੈਂ ਤਾਂ ਆਖਿਆ ਹਮ ਜੋ ਹੀ ਚੈਨਲ 'ਤੇ ਨਾ ਮੈਂ ਵੀਡੀਓ ਸਰੈਕੀ ਬੜਾਈ ਕਰੇ ਸਾਂ, ਕਿਉਂਕਿ ਹਰ ਵੇਲੇ ਉਰਦੂ ਬੋਲੀ ਰੱਖਣੀਆਂ ਬਹੁਤ ਸਾਰੇ ਮੇਰੇ ਵੀਵਰਸ ਹਨ ਜਿਹੜੇ ਮੈਂ ਕੁਆ ਦੇਣ ਜੋ ਹਮ ਨਾ ਤੂੰ ਨਾ ਸਰੈਕੀ ਵਲੋਗ ਬਣਾਇਆ ਕਰ। ਅਤੇ ਮੈਂ ਕਿਹਾ ਚਲੋ ਇੱਕ ਚੈਨਲ 'ਤੇ ਉਰਦੂ 'ਚ ਵਲੋਗ ਕਰੇ ਬੜੇ ਸਾਂ, ਅਤੇ ਇੱਕ 'ਤੇ ਮੈਂ ਸਰੈਕੀ। ਅਤੇ ਹੁਣ ਹੀ ਚੈਨਲ 'ਤੇ ਮੇਰੇ ਵਲੋਗ ਸਿੰਨ ਸਰੈਕੀ, ਜਾਂ ਤੁਸੀਂ ਮੈਨੂੰ ਦੱਸਿਆ ਹੀ ਮੈਂ ਸਰੈਕੀ ਸਹੀ ਬੋਲੇਨੀ ਆ ਕਹਿਣਾ। ਅੱਛਾ ਵੀਵਰ, ਸਭ ਤੋਂ ਪਹਿਲੇ ਨਾ ਤੁਸੀਂ ਮੇਰਾ ਸੂਟ ਦੇਖੋ। ਮੈਂ ਕਿਹਾ ਡੇਕ ਦੀਆਂ ਬਾਅਦ ਵੀਡੀਓ ਬਣੇ ਨਹੀਂ ਪਈਆਂ, ਅਤੇ ਅੱਜ ਮੈਂ ਨਵੇਂ ਸੂਟ ਬਣਾਵਾਂ। ਨਵਾਂ ਸੂਟ ਸੀ ਤੇ ਅੱਜ ਹੀ ਪਾਤੇ। ਅਤੇ ਖੈਰ, ਮੈਂ ਨਵਾਂ ਸੂਟ ਸੂਟ ਪਾ ਅਤੇ ਫੂਦ ਬਣਾ ਕੇ ਛੱਤ 'ਤੇ ਆਈ ਹਾਂ। ਮੈਂ ਘਰ ਵਾਲਿਆਂ ਆਖਿਆ ਤੂੰ ਨਾ ਕੱਪੜੇ ਪਾ ਤੇ ਖੜ ਗਈ, ਤੂੰ ਚੱਲ ਕੰਮ ਕਰ, ਜਿਹੜਾ ਤੇਰਾ ਕੰਮ ਮੈਂ ਨਾ ਸਫਾਈ ਸਫੂਈ ਕਰਨ ਵਾਲਾ ਹੋ ਕਰ। ਬੋਲਾ ਮੈਂ ਝਾੜੂ ਚਾਤੇ। ਮੈਂ ਕਿਹਾ ਅੱਛਾ ਚਲੋ ਮੈਂ ਆਪਣੇ ਵੀਵਰਸ ਨੂੰ ਵੀ ਦਿਖਾਵਾਂ ਜਿਵੇਂ ਘਰ ਨਵੇਂ ਕੱਪੜੇ ਪਾ ਤੇ ਝਾੜੂ ਪੋਚਾ ਕਰਨਾ ਹੁੰਦਾ। ਸਹੀ ਆਦਮ, ਸ਼ਾਦੀ ਤੋਂ ਬਾਅਦ ਕੰਮ ਸਿਰਫ ਝਾੜੂ ਪੋਚਾ ਰੋਟੀ ਪਕਾਉਣ ਹੁੰਦੇ। ਅੱਛਾ, ਮੈਂ ਚਾਹ ਕੇ ਦਮ ਝਾੜੂ ਤੇ ਬੋਲਾ ਮੈਂ ਸਾਰਾ ਝਾੜੂ ਫੇਰਿਆ। ਅਤੇ ਕੱਪੜਿਆਂ ਕੋਲ ਮੈਂ ਵੱਲ ਵਲਾ ਕੁੰਜੇ ਨਹੀਂ ਬੈਠੀ ਹਾਂ, ਜੋ ਮੇਰੇ ਕੱਪੜੇ ਨਵਾਂ ਸੂਟ ਹੈ ਨਵਾਂ ਬਹੁਤ ਛਣੇ ਦੇ ਨਾਲ ਮੈਚ ਕੀਤੇ। ਮੈਂ ਕਿ ਖਰਾਬ ਨਾ ਥੀ ਹੋਈ, ਅਤੇ ਇਹ ਮੇਰੀ ਅੰਗਲ 'ਤੇ ਨਾ ਮੈਂ ਕੱਪੜੇ ਸੀਨੇ ਹੋਏ ਨਾ, ਮੇਰੇ ਨਾ ਉਹ ਲੱਗ ਗਈ ਸੂਈ ਜ਼ੋਰ ਦੀ, ਬੋਲਾ ਖੂਨ ਨਿਕਲ ਆਇਆ ਸਾਡਾ ਡਾ। ਮੈਂ ਬੋਲਾ ਉਹ ਕੱਪੜਾ ਜਿਹੜਾ ਸੀਨੀ ਬੈਠੀ ਹਾਂ ਉੱਥੋਂ ਪੱਟੀ ਚਾਹ ਤੇ ਆਪਣੀ ਅੰਗਲ 'ਤੇ ਚਮਾਰੀ ਹਾਂ। ਮੈਂ ਕਿ ਮੇਰੀ ਨਜ਼ਰ ਆਪਦੀ ਲੱਗ ਗਈ। ਖੈਰ ਵੀਵਰਸ, ਤੁਸਾਂ ਮੇਰੇ ਕੋਲ ਇਹ ਦਿਸਾਉਣੇ ਜੋ ਮੇਰੇ ਨਵਾਂ ਸੂਟ ਕਿਵੇਂ ਲੱਗਦਾ ਪਿਆ। ਇਹ ਸਾਵਾ ਕਲਰ ਮੈਂ ਕਹਿੰਦਾ ਕਹਿਣਾ ਹਾਂ ਪਹਿਲੇ, ਮੈਂ ਕਿ ਹੀ ਦਫਾ ਨਾ ਮੈਂ ਸਾਵਾ ਸੂਟ ਬਣਾਵਾਂ, ਸਾਵਾ ਕਲਰ ਮਤਲਬ ਸੋਹਣਾ ਲੱਗਦੇ। ਮੇਰੇ ਤਾਂ ਸੋਹਣਾ ਲੱਗਦਾ ਪਿਆ, ਤੁਸਾਂ ਦੱਸਿਆ ਇਹ ਜੋ ਕਿਵੇਂ ਲੱਗਦਾ ਪਿਆ। ਅਤੇ ਦੂਜੀ ਗੱਲ, ਮੇਰੇ ਕੋਲ ਵੈਸੇ ਤਾਂ ਬਹੁਤ ਸਾਰੇ ਵੀਵਰਸ ਆਖੇ ਜੋ ਤੂੰ ਸਰੈ ਕੇ ਵੀਡੀਓ ਬਣਾਈ ਕਰ, ਅਤੇ ਆਪਣਾ ਸਰੇ ਕਿੰਗਾ ਨਹੀਂ ਕਹਿਣੀ ਹੁੰਦੀ ਇਤਨਾ, ਵੈਸੇ ਤਾਂ ਮੈਂ ਗੁੜ ਦੋਏ ਜੀ ਇਤਨਾ ਕਹਿਣੀ ਹੁੰਦੀ ਆ। ਅਤੇ ਦੂਜੀ ਗੱਲ ਕਿ ਅਤੇ ਅੱਛਾ ਵੀ ਬਸ ਵਿਆਹ ਵੀ ਇੱਕ ਸੂਟ ਹੈ, ਉਹ ਬਲਾ ਸੀਸਾ ਮੈਂ ਤੁਸਾਂ ਦੱਸਿਆ ਮੇਰੇ ਕੋਲ ਇਹ ਸੂਟ ਸੋਹਣਾ ਲੱਗਦਾ ਵੀ ਐਵੇਂ ਸੀਵਾਂ, ਥੋੜ੍ਹਾ ਖੁੱਲ੍ਹਾ ਹੀ ਸੰਗੋ ਰੱਖੇ ਕਿਉਂਕਿ ਮੈਂ ਮੋਟੀ ਥੀ ਗਈ ਆ ਨਾ, ਬੋਲਾ ਮੋਟਾ ਬੰਦਾ ਥੋੜ੍ਹੇ ਕੱਪੜੇ ਪਾਵੇ ਤਾਂ ਉਹਦੇ ਕੁਝ ਹੀ ਲੱਗਦੇ ਹੀ ਵਾਸਤੇ। ਬੋਲਾ ਮੇਰਾ ਕੱਦ ਜਿਵੇਂ ਹੀ ਮਾਸ਼ਾਅੱਲਾ, ਤੁਸੀਂ ਮਾਸ਼ਾਅੱਲਾ ਕਿੱਦਾਂ ਕਰੋ, ਜਿਹੜਾ ਮੈਂ ਸੋਹਣੀ ਲੱਗਾ ਬੋਲਾ ਮਾਸ਼ਾਅੱਲਾ ਕਿੱਦਾਂ ਕਰੋ ਦੇਖ ਤੇ। ਅਤੇ ਹੀ ਵਾਸਤੇ ਮੈਂ ਕਿ ਮੇਰੇ ਕੋਲ ਲੰਬੇ ਅਤੇ ਥੋੜ੍ਹੇ ਖੁੱਲ੍ਹੇ ਖੁੱਲ੍ਹੇ ਕੱਪੜੇ ਜ਼ਿਆਦਾ ਸੋਹਣੇ ਲੱਗਦੇ, ਅਤੇ ਤੁਸੀਂ ਮੈਨੂੰ ਦੱਸਿਆ ਹੀ ਕਿਵੇਂ ਕੱਪੜੇ ਸੋਹਣੇ ਲੱਗਦੇ ਨੇ। ਅੱਛਾ ਵੀ ਵੀਵਰਸ, ਬੜੀ ਬੇਇੱਜ਼ਤੀ ਥੀ ਹੈ, ਮੈਂ ਨਵੇਂ ਕੱਪੜੇ ਪਾ ਦੇ ਛੱਤੇ, ਇਹਨੇ ਘਰ ਲੰਘ ਸਫਾਈ ਕਰ, ਤਾਂ ਮੈਂ ਝਾੜੂ ਚਾਹ ਤੇ ਆਣ ਦਿੱਤੇ ਨਹੀਂ ਕਿਉਂਕਿ ਬਾਰਿਸ਼ ਥੀ ਹੀ ਰਾਤ, ਹਵਾ ਚੰਗੀ ਗੁੱਲੀ ਖੜੀ ਹੈ, ਪਹਿਲੇ ਹਬ ਸਹੀ ਬੋਲਾ ਥੋੜ੍ਹੀ ਦੇਰ ਬਾਅਦ ਹਵਾ ਗੁੱਲੀ ਹੈ। ਅਤੇ ਛੱਤ 'ਤੇ ਜਦੋਂ ਬਾਰਿਸ਼ ਥੀ ਨਾ, ਛੱਤ ਬੜੀ ਗੰਦੀ ਥੀ ਹੋਈ ਹੈ, ਪਾਣੀ ਜੋ ਖੜ੍ਹਾ ਰਹਿੰਦੇ ਛੱਤ 'ਤੇ ਇਤਨਾ ਸਾਰਾ ਉਹ ਸਾਫ ਥੀ ਨਹੀਂ ਕਹਿਣੀ, ਅਤੇ ਬੋਲਾ ਸਾਵੀ 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 ਥੀ ਹੋਈ ਹੈ, ਸਿਨੀ ਸਿਨੀ ਬੜੀ ਗੰਦੀ ਲੱਗਦੀ ਹੈ। ਫਿਰ ਮੈਂ ਕੁਝ ਕੁਝ 'ਤੇ ਝਾੜੂ ਮਾਰੇ, ਮੈਂ ਕਿਹਾ ਕਿਆ ਕਰਾਂ, ਰੋਜ਼ ਝਾੜੂ ਮਾਰਨਾ ਪਾਉਂਦੇ ਛੱਤ 'ਤੇ ਮੈਨੂੰ। ਅਤੇ ਅੱਛਾ ਵੀਵਰਸ, ਸਭ ਤੋਂ ਪਹਿਲਾਂ ਤੱਕ ਮੇਰੀ ਅੱਜ ਦੀ ਵੀਡੀਓ ਅੱਛੀ ਲੱਗੇ ਅਤੇ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰੇ, ਅਤੇ ਸਬਸਕ੍ਰਾਈਬ ਵੀ ਕੀਤਾ ਕਰੋ। ਜਿਹੜੇ ਨਵੇਂ ਵੀਵਰਸ ਆਏ ਨੇ ਮੇਰੇ ਚੈਨਲ ਕੋਲ, ਸਬਸਕ੍ਰਾਈਬ ਲਾਜ਼ਮੀ ਕੀਤਾ ਕਰੋ, ਲਾਈਕ ਕਮੈਂਟ ਕੀਤਾ ਕਰੋ, ਸ਼ੇਅਰ ਵੀ ਲਾਜ਼ਮੀ ਕੀਤਾ ਕਰੋ, ਠੀਕ ਹੈ? ਅਤੇ ਦੂਜੀ ਗੱਲ, ਮੇਰੇ ਇੰਸਟਾਗ੍ਰਾਮ ਦਾ ਲਿੰਕ ਮੇਰੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ, ਉਹ ਕੋਈ ਵੰਨ 'ਤੇ ਇੰਸਟਾਗ੍ਰਾਮ 'ਤੇ ਵੀ ਮੈਂ ਫੋਲੋ ਕਰ ਦਿੱਤਾ ਕਰੋ। ਅਤੇ ਦੂਜੀ ਗੱਲ, ਬਹੁਤ ਸਾਰੇ ਲੋਕ ਪੁੱਛਦੇ ਨੇ ਟਿੱਕਟੋਕ ਦਾ, ਟਿੱਕਟੋਕ 'ਤੇ ਮੇਰਾ ਇੱਕ ਅਕਾਊਂਟ ਆ ਆਪਣਾ 1,18,000 ਉਹਦੇ ਉੱਤੇ ਫੋਲੋਅਰ ਹਨ, ਬਟ ਉਹ ਨਾ ਬਲੌਕ ਥੀ ਗਈ, ਜਿਹਦੇ ਨਾਲ ਵਾਲਾ ਵੀ ਥੋੜ੍ਹੀ ਜਿਹੀ ਉਰਦੂ ਆ ਗਈ, ਉਹ ਨਾ ਬਲੌਕ ਥੀ ਗਏ ਮੇਰੇ ਅਕਾਊਂਟ 'ਤੇ, ਮੈਂ ਹੁਣ ਕੋ ਅਨਲੋਕ ਕਰਨ ਲੋਕ ਥੀ ਗਏ, ਬਲੌਕ ਨਹੀਂ ਥਿਆ ਲੋਕ ਥੀ ਗਏ, ਮੈਂ ਹੁਣ ਅਨਲੋਕ ਕਰਨ ਦੀ ਕੋਸ਼ਿਸ਼ 'ਚ ਹਾਂ। ਉਹ ਥੀ ਗਿਆ ਤਾਂ ਵਾਲਾ ਦੱਸੇ ਸਾਂ, ਤਾਂ ਵੀ ਇੱਕ ਆਈ ਡੀ ਨਵੀਂ ਬਣਾਈ ਹਿਮ ਹਾਲੀ, ਉਹ ਹਾਲੀ ਹੁਣ ਨਵੀਂ ਬਣਾਈ, ਉਹ ਜਿਵੇਂ ਚੱਲਣ ਪੋਸੇ ਨਾ ਵਾਲਾ, ਹੁਣ ਟਿੱਕਟੋਕ ਦਾ ਵੀ ਲਿੰਕ ਤੱਕ ਮੈਂ ਦੇ ਦੱਸਾਂ ਡਿਸਕ੍ਰਿਪਸ਼ਨ। ਦੂਜੀ ਗੱਲ ਕਿ ਫੇਸਬੁੱਕ 'ਤੇ ਮੇਰਾ ਕੋਈ ਅਕਾਊਂਟ ਕਹਿੰਦੀ, ਫੇਸਬੁੱਕ 'ਤੇ ਜਿਤਨਾ ਅਕਾਊਂਟ ਬਣੇ ਹੋਏ ਸਾਰੇ ਫੇਕ ਹੈ। ਅੱਛਾ ਵੀ ਬਸ, ਇੱਥੇ ਮੈਂ ਥੱਕ ਗਈ ਹਾਂ, ਡਾਢੀ ਝਾੜੂ ਫੇਰ ਅਤੇ ਗਰਮੀ ਹੈ, ਹਬਸ ਥੋੜ੍ਹੀ ਤੇ ਥੀ, ਕਈ ਵੇਲੇ ਹਵਾ ਚੱਲਦੀ, ਕਈ ਵੇਲੇ ਹਬਸ ਥੀ ਵੀ। ਮੈਂ ਵਾਲਾ ਪਾਣੀ ਪੀਵਣ ਬਹਿ ਗਿਆ, ਮੈਂ ਕਿਹਾ ਪਾਣੀ ਪੀਵਾਂ, ਗਰਮੀ ਹੁੰਦੀ ਠੰਡਾ ਪਾਣੀ ਝਾੜੂ ਮਾਰ ਅਤੇ ਪਾਣੀ ਠੰਡਾ ਪੀਓ, ਡਾਢਾ ਸਕੂਨ ਆਵੇ। ਅਤੇ ਅੱਛਾ ਵੀ ਬਸ, ਤੁਸਾਂ ਮੇਰੀ ਜੁੱਤੀ ਦੇ ਗੌਰ ਨਾ ਕਰੇ, ਕਿਉਂਕਿ ਸੂਟ ਨਵਾਂ ਪਈ ਬੈਠੀ ਹਾਂ, ਬਹੁਤ ਛਣੀ ਨਵਾਂ ਪਈ ਬੈਠੀ ਹਾਂ, ਜੁੱਤੀ ਮੈਂ ਘਰ ਵਾਲੀ ਪਈ ਬੈਠੀ ਹਾਂ,
क्योंकि घर दे पाँव वाली एक जुत्ती भी है वो सैंडल है या वो भी जुत्ती है उगला मैं घर नहीं पा सकती। मैं हूँ ना ही नवे सूटें दे नाल दे ना चप्पल घेना सा सोने सोनिया और मैं पार्टियां करे सा। मैं क्या भी और जक्सन हर वेले हिक्का जुत्ती पई हो देना नहीं असले चाहिए जी जुत्ती है ना बहुत नरम नरम मुलायम मुलायम जुत्ती है ही वास्ते मैं ही पई हो देना नहीं। मैं सुकून आम दें जुत्ती है तो हूँ वाला नवी जुत्तियाँ घेना सा हौलिया हौलिया चप्पल घिन सा ते वल ओ पैसा। अच्छा व्यूअर्स मैं तो सा दसाए जो मैं सरेकी कि मैं सही बोली नहीं मैं पता करनी मैं कि मैं बोली नहीं सरेकी मेरी ना बड़ी चेंज थी वाली है सरेकी मेरी मतलब शादी तो बाद सरेकी जड़े ना काफ़ी चेंज थी गई फैमिली शादी तो बाद फैमिली जड़ी है ना क्योंकि मेरे जड़े ससुराल वाले हैं इन्हों की सरेकी बई तरह है तो साड़ी सरेकी बई तरह है वाला मिक्स थी वाली है तो ऊट पटांग थी वी है खिलाए ना मेरी सरेकी ते। अच्छा व्यूअर्स मैं सफाई कर झाड़ू फाड़ू मार ते पानी पी के वाला पखा साफ करण बह गई पखा जड़ा है ना सारा ढिंग पुराना थी गई काफ़ी अरसा थी गई वास्ते इन्हों ते ना जंगाल चढ़ा वे और मैं सोचे जो ही पखे को ना स्प्रे मारते कोई नवा करा जा बड़ा गंदा लगते हूँ इन्दों ते तो समझ में सही कमेंट से ही पखे को कड़ा स्प्रे मारा मैं जिन को कोई कलर वाला स्प्रे करा जो ये ना थोड़ा सुहा लगे दही को वाला स्प्रे करे सा क्योंकि ये हूँ ना वो काला काला थी आप जंगाल चढ़ा पे ना डाढ़ा गंदा लग रहा तो उतो माशाल्लाह मौसम भी डाढ़ा सोहना बना खड़ा बादल हैं तो अच्छा घर लाइट वाला के लाइट चली गई हूँ अल्लाह करे जो लाइट आवे दो त्रे घंटे थी लाइट गई हुई है जे जो हर इवें लाइट दो घंटे थी वे ना तो वाल में को बड़ा वो थे हार्ट अटैक आवन पे वे जो अगली में लाइट गई है तो अठ डा ही करना ही हूँ वो मसला ना थी क्योंकि बगैर लाइट के गुजारा करनी उत्तू सफाई सफुई सारी घर कुछ वाला मैं तले गई खट चाइया डू खटू सा उत्ते भी रहा है खट तले आँदी वाला जल्द उत्तर सुनने से शाम वे चाहते सब सीढ़ियों तू खट चा के आना ना पौड़ियों चू बड़ा औखा काम आने सह चढ़ा मेरी मरण वाली हालत थी वी मैं चाह के आई खट तलू वाला खटू सीढ़ियाँ की तो वाला ठंडी ठंडी हवा चलान पै गई मेरे कपड़े उड़न पै गए हवा च मैं शुक्र है जो मैं काम करते हट्टियाँ तो हवा चलान पै गई क्योंकि लाइट तो है करा जो पखा चला के बाह हाँ मैं तो ही वास्ते। अच्छा भी बाहों ही बाजू दें अपना कमीज दें बाजू वधिया रखी क्योंकि लंबी कमीज तो थोड़ी खुली कमीज हाँ लंबी बाजू सोहनिया लगदी लूडिया बाहों तो वाला गंदिया लग बाजू के बाह मूँह च निकल आते। अच्छा चलो हौले हौले ना ठीक थी वैसे वो आदत बनी खड़ी है ना हर वेले उर्दू ब्लॉग बनावन की तो मैं खट्टू शट्टू सैट की हवा फुल रूह ते आ गई ठंडी हवा चलान पै गई मैं शुक्र मैं खट्टू शट्टू सैटते लाडो मैं लेटी हम लेटिया सही कड़ियाँ वाला बाले शाले चाइया उत्ते मैं तो हूँ आओ सारे छत आओ हवा दे मजे खिलो डाढ़ियों की हवा चली खड़ी है। अच्छा व्यूअर्स आज का मेरा व्लॉग चंगा लगा हो तो आपको तो लाइक में शेयर लाजमी कराए तो बाकी हम चैनल से ज़्यादा तो ज़्यादा मैं सपोर्ट करो जितना सपोर्ट करे सो वाला चंगे चंगे व्लॉग तो आपको ना देखने को मिल सन तो ठीक है ना तो वीडियो देखी ने ना वाला लाइक करें वे ना तो आपको चंगा कमेंट्स करें वे तो ना वाला सब्सक्राइब करें वे वाला दिल त्रुट वे तो पिछू देखो मौसम केड़ा सोहना उत्त बादल के सोने काले चिट्टे बादल तो तले हरियाली तो मैं आप विसा भी बनी बैठी हूँ तो अच्छा भी वर्ष मैं सुनती पियाँ ओके अला मिल सो आप बे भी लागे तो जल्द कम शम कर थक हाट बंदा जल्द ठंडी हवा तले तो वाला सुकून आते तो ओके व्यूअर्स बाय बाय अल्लाह हाफिज़।